ਪਰ ਮਨ ਦੇ ਅੰਦਰ ਹੀ ਜਿਤੋਂ ਦਾ ਜਿਤੋਂ ਦਾ ਬੜੇ ਮਹਿਲ ਉਸਾਰਦਾ ਹੈ, ਢਹਿ ਜਾਂਦੇ ਨੇ ਫਿਰ ਉਸਾਰਦਾ, ਫਿਰ ਢਹਿ ਜਾਂਦੇ ਨੇ ਫਿਰ ਇਹ ਖੜਾ ਹੁੰਦਾ। ਕਿਤਨਾ ਆਤਮਕ ਬਲ ਪਰਮਾਤਮਾ ਨੇ ਇਸ ਦੀ ਆਤਮਾ ਨੂੰ ਬਖਸ਼ਿਆ। ਕਬੀਰ ਸਾਹਿਬ ਦੇ ਭਗਤ ਸਤਿਗੁਰ ਅੱਗੇ ਅਰਜੋਈ ਕਰਕੇ ਕਹਿ ਰਹੇ, ਦਾਤਾ ਜੋ ਮੈਂ ਚਿਤਵੋ ਨਾ ਕਰ, ਜੋ ਮੈਂ ਚਿਤਵ ਨਾ ਉਹ ਤੂੰ ਕਰਦਾ ਨਹੀਂ। ਫਿਰ ਮੇਰਾ ਕੀ ਫਾਇਦਾ ਹੋਇਆ ਕਿ ਮੈਂ ਚਿਤਵਦਾਰਾ ਮਨ ਦੇ ਅੰਦਰ ਕਿ ਇਹ ਕਰਾਂ ਇਹ ਨਾ ਕਰਾਂ। ਜੋ ਮੈਂ ਚਿਤਵੋ ਨਾ ਕਰੇ ਪਿਆ ਮੇਰਾ ਚਿਤਵੈ ਹੋਏ, ਆਪਣਾ ਚਿਤਵਿਆ ਹਰ ਕਰੇ ਜੋ ਮੇਰਾ ਚਿਤਵਾ। ਫਿਰ ਹੇ ਪਰਮਾਤਮਾ ਤੂੰ ਕਰਨਾ ਵੀ ਆਪ ਹੀ ਹੈ, ਫਿਰ ਮੈਨੂੰ ਇੰਨੀ ਚਿਤਵਨੀ ਕਿਉਂ ਦਿੱਤੀ, ਇੰਨੀ ਆਤਮਾ ਦੇ ਅੰਦਰ ਤਾਕਤ ਕਿਉਂ ਦਿੱਤੀ। ਤਾਂ ਪਾਤਸ਼ਾਹ ਕਹਿੰਦੇ, ਦੇਖ ਤੈਨੂੰ ਚਿੰਤਾ ਦਿੱਤੀ ਹੈ ਨਾ, ਚਿੰਤਾ ਵੀ ਆਪ ਕਰਾਈ ਸੀ, ਅਚਿੰਤ ਵੀ ਆਪੇ ਦੇ, ਚਿੰਤਾ ਦੇ ਵਿੱਚੋਂ ਹੀ ਤੇਰੇ ਪਾਸ ਇੱਕ ਦਵਾ ਦੇ ਦਿੱਤੀ ਹੈ, ਰੋਗ ਦੇ ਵਿੱਚ ਹੀ ਇੱਕ ਦਵਾਈ ਦਿੱਤੀ ਹੈ, ਚਿਤਵਣੀ ਦੇ ਵਿੱਚ ਹਾਰਨ ਦੇ ਵਿੱਚ ਜਿੱਤ ਦਾ ਫਾਰਮੂਲਾ ਦੇ ਦਿੱਤਾ ਕਿ ਤੂੰ ਹਾਰੇਗਾ ਤੇ ਹਾਰ ਵਿੱਚੋਂ ਤੈਨੂੰ ਨਵੇਂ ਪੁਆਇੰਟ ਮਿਲਣਗੇ ਜਿੱਤਣ ਦੇ, ਦੌੜੇਗਾ ਫਿਰ ਬਹਿ ਜਾਏਗਾ ਫਿਰ ਨਵੀਂ ਤਾਕਤ ਤੈਨੂੰ ਮਿਲੇਗੀ, ਚਿੰਤ ਦੇ ਵਿੱਚੋਂ ਅਚਿੰਤ ਦਾ ਜਨਮ ਹੋਏਗਾ। ਇਸ ਲਈ ਤੇਰੀ ਚਿੰਤਾ ਤੂੰ ਚਿਤਵਣਾ ਤੇਰੇ ਵਾਸਤੇ ਭਲਾ ਹੈ, ਜਿੰਨਾ ਚਿਤਵੇਗਾ ਨਹੀਂ ਕੁਛ ਹੋਏਗਾ, ਫਿਰ ਰੱਬ ਅੱਗੇ ਅਰਦਾਸ ਕਰੇਗਾ, ਉਹ ਤੈਨੂੰ ਚਿੰਤਾ ਵੀ ਦੇਗਾ, ਚਿੰਤਾ ਦੇ ਵਿੱਚੋਂ ਤੇਰੇ ਸੰਸਾਰ ਦੇ ਅੰਦਰ ਅਚਿੰਤ ਵੀ ਬਖਸ਼ਿਸ਼ ਕਰ ਦੇਗਾ, ਦੁੱਖ ਦਾਰੂ ਬਣ ਜਾਏਗਾ, ਨਾਮ ਦਾਰੂ ਬਣ ਕੇ ਤੇਰੇ ਜੀਵਨ ਦੇ ਅੰਦਰ ਬਹੁਤ ਵੱਡਾ ਸਹਾਰਾ ਬਣ ਜਾਏਗਾ। ਅੱਜ ਬਹੁਤ ਵੱਡਾ ਸਿੱਖ ਪੰਥ ਦੇ ਅੰਦਰ ਇੱਕ ਫਾਂਡ ਜਿਹਾ ਆਇਆ ਕਿ ਸਿੱਖ ਕੌਮ ਦੇ ਮਹਾਨ ਉੱਘੇ ਅਜੀਤ ਸਿੰਘ ਸਾਹਿਬਾਨ, ਜਿਨ੍ਹਾਂ ਦਾ ਸਰਬ ਸੰਸਾਰ ਦੇ ਅੰਦਰ ਬੜਾ ਪਿਆਰ, ਬੜੀ ਸੇਵਾ ਕੀਤੀ ਉਹਨਾਂ ਨੇ ਕੀਰਤਨ ਦੁਆਰਾ, ਪਰ ਬਾਕੀ ਜੋ ਨਿਰੰਕਾਰ ਪਰਮਾਤਮਾ ਨੇ ਜੋ ਜੋ ਹੁਕਮ ਲਿਖੇ ਹਨ ਉਹ ਤਾਂ ਉਹੀ ਜਾਣਦਾ ਹੈ। ਪਦਮ ਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ, ਜਿਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ, ਸੱਚੇ ਪਾਤਸ਼ਾਹ ਜੀ ਦੀ ਕੀਰਤਨ ਦੀਆਂ ਸੇਵਾਵਾਂ ਕਰਦਿਆਂ ਕਰਦਿਆਂ ਜੋ ਸਵਾਸ ਨੇ ਪਰਮਾਤਮਾ ਨੇ ਦਿੱਤੇ ਨੇ ਉਹ ਪੂਰੇ ਹੋ ਜਾਣੇ। ਰੋਗ ਨਾਲ ਜਾਵੇ ਜਾਂ ਕਿਸ ਤਰ੍ਹਾਂ ਵੀ ਜਾਵੇ, ਸੰਸਾਰ ਵਿੱਚੋਂ ਜਾਣ ਦਾ ਇੱਕ ਰਾਹ ਨਿਰੰਕਾਰ ਪਰਮਾਤਮਾ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਕਿ ਸਦੀਵ ਤੂੰ ਰਹਿਣਾ। ਪਰ ਬੜਾ ਦੁੱਖ ਹੈ, ਅਫਸੋਸ ਹੈ, ਜਿੱਥੇ ਪ੍ਰੇਮੀਆਂ ਨੂੰ ਬਹੁਤ ਵੱਡਾ ਘਾਟਾ ਹੈ, ਕੀਰਤਨੀਆਂ ਨੂੰ ਬੜਾ ਵੱਡਾ ਘਾਟਾ ਹੈ। ਕੁਝ ਦਿਨ ਪਹਿਲਾਂ ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਬਲਬੀਰ ਸਿੰਘ ਉਹ ਚਲੇ ਗਏ ਦਰਬਾਰ ਸਾਹਿਬ ਹਜ਼ੂਰੀ ਰਾਗੀ, ਤੇ ਅੱਜ ਭਾਈ ਨਿਰਮਲ ਸਿੰਘ ਜੀ ਖਾਲਸਾ। ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਦਾਤਾ ਕਿਉਂਕਿ ਆਪਾਂ ਨੂੰ ਇਹ ਤਾਕਤ ਬਖਸ਼ਦੇ ਪਏ ਹਨ ਜੋ ਜਾਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਉਹ ਸੰਦੇਸ਼ਾ ਦੇ ਕੇ ਜਾਂਦੇ, ਉੱਠੋ ਜਾਗ ਪਾਓ, ਪਰਮਾਤਮਾ ਦੇ ਚਰਨ ਪਕੜ ਲਓ, ਇਦੋਂ ਵੱਡਾ ਹੋਰ ਸਹਾਰਾ ਕੋਈ ਨਹੀਂ, ਚਰਨ ਪਕੜੋ ਉਸ ਗੁਰਦੇਵ ਦੇ ਜਿਸ ਨੇ ਪਾਰ ਲੰਘਾਣਾ,
ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਔਰ ਆਤਮਕ ਬਲ ਦੇ ਨਾਲ ਖੜੇ ਹੋ ਜਾਈਏ। ਇਹਨੂੰ ਸਹਾਰਾ ਆਉਣਾ ਨਹੀਂ ਹੈ। ਸੱਚੇ ਪਾਤਸ਼ਾਹ ਮਹਾਰਾਜ ਮੇਰਾ ਕਰਨ ਸਾਡੀਆਂ ਅਰਦਾਸਾਂ ਸਰਵ ਸੰਸਾਰ ਦੇ ਅੰਦਰ ਜਾਣ। ਸਰਵ ਸੰਸਾਰ ਦੇ ਜਿਤਨੇ ਕੋਈ ਮਰੀਜ਼ ਹਨ ਜਾਂ ਸੰਸਾਰ ਬਿਮਾਰੀ ਫੈਲੀ ਹੈ, ਦਾਤਾ ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰਾ ਕੀਤਾ ਲਿਹੋ ਉਭਰ। ਇਹ ਇੱਕ ਅਰਦਾਸ ਹੈ। ਪਰਿਵਾਰ ਦੇ ਨਾਲ ਸਾਰਾ ਸਿੱਖ ਜਗਤ ਖੜਾ ਹੈ, ਬਲਕਿ ਜਿੱਥੇ ਵੀ ਸੰਗੀਤ ਦੇ ਪ੍ਰੇਮੀ ਹਨ ਸਾਰੇ ਦੇ ਸਾਰੇ ਉਹ ਪਰਿਵਾਰ ਦੇ ਨਾਲ ਹਨ। ਔਰ ਬਲਕਿ ਆਪਾਂ ਇੱਕ ਸਿੱਖ ਜਗਤ ਹੀ ਸਾਰਾ ਪਰਿਵਾਰ ਹੈ। ਸਾਨੂੰ ਬੜਾ ਅਫਸੋਸ ਹੈ ਸਾਰਿਆਂ ਨੂੰ। ਆਪ ਜੀ ਦੇ ਕਈਆਂ ਦੇ ਮੈਸੇਜ ਰੋਜ਼ਾਨਾ ਹੁਣ ਆ ਰਹੇ ਸਨ, ਫੋਨ ਵੀ ਆ ਰਹੇ ਸਨ, ਮੈਂ ਅਟੈਂਡ ਨਹੀਂ ਕਰ ਸਕਿਆ ਕਿਉਂਕਿ ਕੀਰਤਨ ਦੀ ਡਿਊਟੀ ਸੀ। ਤੋ ਮਹਾਰਾਜ ਅੱਗੇ ਅਰਦਾਸ ਆਪਾਂ ਕਰਨੀ ਹੈ, ਸੱਚੇ ਪਾਤਸ਼ਾਹ ਸਾਰਿਆਂ ਨੂੰ ਬਲ ਬਖਸ਼ੋ, ਕਿਉਂਕਿ ਤੂੰ ਹੀ ਜਾਣਨਾ ਹੈ। ਤੂੰ ਹੈ ਵਾਹ ਵਾਹ ਤੇਰੀ ਰਜਾਈ, ਇਹ ਤੇਰਾ ਹੀ ਹੁਕਮ ਹੈ, ਤੇਰੇ ਹੁਕਮ ਨੂੰ ਵਾਹ ਹੀ ਕਹਿਣਾ ਭਲਾ ਬਣਦਾ ਭਾਈ। ਸੱਚੇ ਪਾਤਸ਼ਾਹ ਮੇਰਾ ਕਰਨ, ਤੂੰ ਹੈ ਵਾਹ, ਤੂੰ ਵਾਹ ਹੀ ਹੈ ਸਦਾ, ਵਾਹ ਤੇਰੀ ਰਜਾਈ। ਤੋ ਮਹਾਰਾਜ ਮੇਰਾ ਕਰਨ ਜੀ ਸ਼ਬਦ ਦੀ ਸਮਾਪਤੀ ਹੈ। ਸਿੱਖ ਗੁਰਦੁਆਰਾ ਸਾਹਿਬ ਹੋਜੇ ਅਮੈਰੀਕਾ ਦੀ ਧਰਤੀ ਕੈਲੀਫੋਰਨੀਆ ਤੋਂ ਸਮੂਹ ਪ੍ਰਬੰਧਕ ਸਾਹਿਬਾਨਾਂ ਦੇ ਔਰ ਸਮੂਹ ਰਾਗੀ ਸਿੰਘਾਂ ਦੇ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹਨਾਂ ਦੀ ਕੁਝ ਸਮੇਂ ਮੇਰੇ ਨਾਲ ਗੱਲ ਹੋਈ, ਉਹਨਾਂ ਨੂੰ ਬੜਾ ਦੁੱਖ ਪ੍ਰਗਟਾਵਾ ਕੀਤਾ ਔਰ ਮਨ ਭਰ ਗਿਆ ਸਾਰਿਆਂ ਦਾ। ਤੋ ਆਪਾਂ ਚੜ੍ਹਦੀ ਕਲਾ ਚ ਰਹਿਣਾ ਗੁਰੂ ਪਿਆਰਿਓ, ਨਾਮ ਜਪਣਾ ਔਰ ਅਰਦਾਸ ਕਰਨੀ ਹੈ। ਮਹਾਰਾਜ ਮੇਰਾ ਕਰਨ ਸਮਾਪਤੀ ਹੈ।